रिश्वत लैन वालों नूं विधायक ग्यासपुरा ने किया काबू। की नाम तेरा? तेरा नाम की आ? तरन केड़े डिपार्टमेंट च काम करदा? आडियो समेत रिश्वत लैन वालों का किया खुलासा। लेबर विभाग के मुलाजम लेंदे सन रिश्वत। केड़े डिपार्टमेंट च काम करदे हो? लेबर डिपार्टमेंट च काम करदे हो? विधायक ग्यासपुरा ने खुद रंगे हत्थी फड़ के दित्ती जानकारी। तुसी भी वेखो मौके दी वीडियो। पैसे फड़ लिए होंगे किथे ने बंदे? लेबर डिपार्टमेंट च काम करदे हो? पैसे कितने? 10,000 रुपया तेन दिता। कितने 10,000 रुपया? इधर उधर मैं कर। पैसे देने लई गड्डी दे नाले बुलाया। कोई नी जिदी गल आ जाके कोर्ट दे विच करियो जो भी गल करनी है। बुलाओ पुलिस नू। बुलाओ जी पुलिस। लाभपात्रियां ने हरेक नूं मतलब किसे नूं 80,000 रुपया, किसे तों 40,000, किसे तों 1.5 लाख रुपया ए अकड़े लैंदे ने जी। इहदे पट्टी इहनां दा दफ्तर आ। इक इहनां दा होर आ जिहड़ा मेन लेबर दे विच हैगा जी अफसर, ओह इहनां तों पैसे लैंदे। गरीब दे बीमारी दे पैसे सीगे जी, ओह इन्हां ने इक नूं पाए ने। दिनों 3,80,000 पाउण दे मरे ने कम कीता जी। 3,80,000 रुपया लैण दे मरे ने? नहीं बिलकुल गल कराओ। कि करो परचा करके दोनों फड़ के अंदर करो। हां बुलाया, बुलाने जो तुम लुटते लोगों असी बुलाया। मैं कहना ट्रैप करके बुलाया। साडे कोल ना बड़े देर तो कंप्लेंटा आ रही सीगियां जिहड़े लेबर डिपार्टमेंट दे जिहड़ा भी स्टाफ है, चाहे उपर लैवल का चाहे थले लैवल का, ये जिहड़े किसी का किसी गरीब का कोई मेडिकल एम पास होया जा किसी का कोई कह लिए भी आपां वजीफा कोई पास होया तो उन्हूं पैसे दवाउण दे लई ये किसी तो 10,000, किसी तो 15,000, किसी तो 20,000 इस तरीके की रिश्वत मंगते सीगे। तो साढ़े को एक मुंडा है जसवीर सिंह टच दे विच आया तो उन्हें दस्या कि मेरे को पैसे 10,000 रुपया मंगया जा रहा। तो वो असी अपने बंदे की ड्यूटी लाई कि असी भाई तुहानू 10,000 रुपया दिने। तो दो बंदे की टीम सी, उन्होंने असी कदों चौंक दे विच बुला लिया। तो जो अंदर गड्डी च बड़िया तो उन्होंने गल हुई भी भाई 6,500 रुपया असी तुहानू दे रहे हैं 10,000 दी बजाए।
ਅਤੇ ਫਿਰ ਉਹਨਾਂ ਨੂੰ ਜਦੋਂ 6500 ਰੁਪਈਆ ਗੱਡੀ ਦੇ ਵਿੱਚ ਫੜਾਇਆ ਅਤੇ ਨਾਲ ਹੀ ਅਸੀਂ DSP ਸਾਹਿਬ ਬੁਲਾਏ ਹੋਏ ਸੀ, SHO ਸਾਹਿਬ ਬੁਲਾਏ ਹੋਏ ਸੀ, ਉਸੇ ਟਾਈਮ ਮੌਕੇ 'ਤੇ ਹੀ ਰੰਗੇ ਹੱਥੀਂ ਉਹਨਾਂ ਨੂੰ ਉੱਥੇ ਫੜਾਇਆ। ਅਤੇ ਉਹਦੀ ਹੋਰ ਵੀ ਤਫਤੀਸ਼ ਜਾ ਰਹੀ ਹੈ, ਪੁਲਿਸ ਨੂੰ ਅਸੀਂ ਕਿਹਾ ਵੀ ਇਹ ਸਖਤੀ ਨਾਲ ਪੁੱਛਗਿੱਛ ਕਰੋ ਕਿ ਇਹਨਾਂ ਦੇ ਪਿੱਛੇ ਕੌਣ ਕੌਣ ਆ, ਕਿਹੜਾ ਗਰੋਹ ਆ ਜਿਹੜਾ ਕਿ ਇੱਦਾਂ ਲੋਕਾਂ ਤੋਂ ਭੋਲੇ ਭਾਲੇ ਲੋਕਾਂ ਤੋਂ ਠੱਗੀ ਮਾਰਦੇ ਆ। ਕਿਉਂਕਿ ਇੱਕ ਤਾਂ ਗਰੀਬ ਬਹੁਤ ਜਿਹੜੇ ਨਿਹਾਇਤ ਗਰੀਬ ਉਹਨਾਂ ਦੇ ਹੀ ਆਪਾਂ ਕਹਿ ਲਈਏ ਵੀ ਕਾਰਡ ਬਣੇ ਹੋਏ ਆ, ਲੇਬਰ ਕਾਰਡ ਬਣੇ ਹੋਏ ਆ, ਅਤੇ ਉਹਨਾਂ ਤੋਂ ਫਿਰ ਇਹ ਲੋਕ ਉਹਨਾਂ ਦਾ ਖੂਨ ਚੂਸਦੇ ਆ। ਇੱਦਾਂ ਦੇ ਲੋਕਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕਰਪਸ਼ਨ ਅਗੇਂਸਟ ਜ਼ੀਰੋ ਟੋਲਰੈਂਸ ਇਸ ਪੋਲਿਸੀ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਅਸੀਂ ਸਖਤੀ ਨਾਲ ਇਹਦੇ 'ਤੇ ਪਹਿਰਾ ਦੇ ਰਹੇ ਹਾਂ। ਇੱਕ ਸਰ, ਇੱਕ ਪਹਿਲਾਂ ਵੀ ਜਿਹੜਾ ਮਾਮਲਾ ਆਇਆ ਸੀਗਾ ਪਿਛਲੇ ਸਮੇਂ ਦੇ ਵਿੱਚ ਥਾਣੇ ਦੇ ਵਿੱਚ ਜਾ ਕੇ ਜਿਹੜਾ ਇੱਕ ASI ਨੂੰ ਕਾਬੂ ਕੀਤਾ ਗਿਆ ਸੀ, ਉਸ ਤੋਂ ਬਾਅਦ ਜਿਹੜਾ ਮਾਮਲਾ ਕਾਫੀ ਸਮਾਂ ਸਾਥ ਜਿਹੜਾ ਹੈ ਰਿਹਾ, ਅਤੇ ਉਹ ਕੀ ਗੱਲ ਲੋਕ ਇਹ ਪਹੁੰਚ ਕਰਨ ਨੂੰ ਹਟ ਗਏ ਜਾਂ ਕੋਈ ਵੈਸੇ ਮਾਮਲੇ ਜਿਹੜੇ ਸੀ ਘੱਟ ਚੁੱਕੇ ਨੇ? ਮਾਮਲੇ ਹੀ ਹੁਣ ਜੇ ਕੋਈ ਇੱਕਾ ਦੁੱਕਾ ਆਉਂਦਾ ਤਾਂ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਉਹਨੂੰ ਕਰਦੇ ਹਾਂ। ਬਾਕੀ ਲੋਕ ਵੀ ਅਵੇਅਰ ਨੇ, ਅਤੇ ਹੁਣ ਜਿਹੜੇ ਹੈਗੇ ਆ ਰਿਸ਼ਵਤ ਵੀ ਤੁਸੀਂ ਦੇਖੋ ਕਿ ਕਚਹਿਰੀਆਂ ਦੇ ਵਿੱਚ ਵੀ, ਥਾਣਿਆਂ ਦੇ ਵਿੱਚ ਵੀ ਜਾਂ ਹੋਰ ਜਗ੍ਹਾ ਦੇ ਉੱਤੇ ਵੀ ਲੋਕ ਜਿਹੜੇ ਹੈਗੇ ਆ ਉਹ ਆਪ ਆ ਕੇ ਸਾਨੂੰ ਦੱਸਦੇ ਆ ਕਿ ਅਸੀਂ ਰਜਿਸਟਰੀ ਫ੍ਰੀ 'ਚ ਕਰਾਈ ਹੈ, ਸਾਨੂੰ ਦੱਸਦੇ ਆ ਆਪ ਆ ਕੇ ਵੀ ਭਾਈ ਸਾਡੇ ਕੰਮ ਹੋ ਰਹੇ ਆ। ਪਰ ਜੇ ਹਾਂ ਵਿੱਚ ਫਿਰ ਵੀ ਕੋਈ ਕਾਂਗਿਆਰੀ ਹੁੰਦੀ ਹੈ, ਹੁੰਦੀ ਆ ਕਣਕ 'ਚ ਕਾਂਗਿਆਰੀ, ਫਿਰ ਉਹਨੂੰ ਸਾਡੇ ਕੋਲ ਦਵਾਈ ਵੀ ਹੈਗੀ ਆ। ਅਤੇ ਜੇ ਭਵਿੱਖ ਦੇ ਵਿੱਚ ਜਿਹੜੇ ਹੋਰ ਅਗਲੀ ਜਿਹੜੀ ਰਣਨੀਤੀ ਆ ਰਿਸ਼ਵਤ ਨੂੰ ਲੈ ਕੇ ਉਹ ਕੀ ਹੈਗੀ ਆ ਜੀ? ਸਾਡੀ ਰਣਨੀਤੀ ਪਹਿਲਾਂ ਤੋਂ ਹੀ ਸਪਸ਼ਟ ਆ, ਕਿਉਂਕਿ ਜੋ ਸਾਡੀ ਪਾਰਟੀ ਬਣੀ ਹੈ ਇਹ ਕਰਪਸ਼ਨ ਦੇ ਅਗੇਂਸਟ ਇੱਕ ਲਹਿਰ ਸੀ, ਇੱਕ ਮੂਵਮੈਂਟ ਸੀ ਜੋ ਸ਼੍ਰੀ ਅੰਨਾ ਹਜ਼ਾਰੇ ਜੀ ਨੇ ਚਲਾਈ ਸੀ, ਅਤੇ ਉਸ ਮੂਵਮੈਂਟ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਥਾਪੜਾ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੂਬੇ ਦੇ ਮੁੱਖ ਮੰਤਰੀ ਬਣੇ ਆ, ਅਤੇ ਅਸੀਂ ਇਸ ਦੇ ਉੱਤੇ ਪਹਿਰਾ ਦੇਵਾਂਗੇ ਅਤੇ ਕਿਸੇ ਵੀ ਜਿਹੜਾ ਰਿਸ਼ਵਤਖੋਰ ਹੋਊਗਾ ਕਰਪਸ਼ਨ ਕਰਨ ਵਾਲਾ ਉਹ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਕੀਮਤ। ਲੋਕਾਂ ਨੂੰ ਜਿਹੜਾ ਸਹਿਯੋਗ ਦੀ ਕੀ ਅਪੀਲ ਕਰ ਰਹੇ ਹੋ? ਲੋਕਾਂ ਨੂੰ ਤਾਂ ਇਹੀ ਬੇਨਤੀ ਹੈ ਕਿ ਜਿਹੜੇ ਠੱਗ ਕਿਸਮ ਦੇ ਲੋਕ ਨੇ ਇਹਨਾਂ ਦੇ ਝਾਂਸੇ 'ਚ ਨਾ ਆਓ, ਇਹਨਾਂ ਨੂੰ ਬਿਲਕੁਲ ਪੈਸੇ ਨਾ ਦਿਓ। ਮੈਨੂੰ ਪਤਾ ਕਿ ਤੁਹਾਡੀ ਖੱਜਲ ਖੁਆਰੀ ਇਹ ਕਰਦੇ ਆ, ਇਹ ਲੋਕ ਤੁਹਾਨੂੰ ਗੇੜੇ ਮਰਵਾਉਂਦੇ ਆ ਵਾਰ ਵਾਰ। ਜੇ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਤਾਂ ਸਾਡੇ ਕੋਲ ਆਓ, ਅਸੀਂ ਤੁਹਾਡਾ ਹਰ ਤਰੀਕੇ ਦਾ ਹੱਲ ਕਰਾਂਗੇ, ਅਤੇ ਇੱਦਾਂ ਦੇ ਬੰਦਿਆਂ ਤੋਂ ਸੁਚੇਤ ਰਹੋ, ਇਹਨਾਂ ਨੂੰ ਅਸੀਂ ਸਖਤ ਸਜ਼ਾ ਦੇਵਾਂਗੇ। ਕਿਉਂਕਿ ਜੇ ਅਸੀਂ ਥੋੜ੍ਹਾ ਜਿਹਾ ਪੇਸ਼ੈਂਸ ਰੱਖ ਕੇ ਇਹਨਾਂ ਦੇ ਖਿਲਾਫ਼ ਖੜ੍ਹੇ ਹੋਵਾਂਗੇ ਤਾਂ ਹੀ ਇਹ ਬਿਮਾਰੀ ਖਤਮ ਹੋ ਸਕਦੀ ਹੈ। ਪਾਇਲ ਤੋਂ ਸੁਖਵੰਤ ਸਿੰਘ ਸ਼ਾਹਪੁਰ ਦੀ ਵਿਸ਼ੇਸ਼ ਰਿਪੋਰਟ, ਚੜ੍ਹਦੀ ਕਲਾ, ਟਾਈਮ TV।